ਪੀਖੇ ਗੁੱਡਣ ਬਾਈ ਕਰਨੀ ਠੀਕ ਹੈ ਬੀਜਣਾ ਜੋ ਵੀ ਆ ਸੰਜਾਈ ਕਰਨੀ ਸਾਰਾ ਦਿਨ ਉਹਨਾਂ ਨੇ ਖੇਤਾਂ ਦੇ ਵਿੱਚ ਕੁਛ ਨਾ ਕੁਛ ਲੱਗੇ ਰਹਿਣਾ ਗਾਵਾਂ ਨੂੰ ਕੈਂਸਰ ਹੋਇਆ ਹੁੰਦਾ ਠੀਕ ਹੈ ਉਹਨਾਂ ਦੇ ਥਾਣਾ ਦੇ ਵਿੱਚ ਪਸਪਰ ਯੋ ਹੁੰਦੀ ਆ ਪੀਕ ਜਿਹਨੂੰ ਕਹਿੰਦੇ ਆ ਨਾ ਸਟਿਲ ਉਹ ਚੋਈ ਜਾਂਦੇ ਆ ਦੁੱਧ ਕੱਢੀ ਜਾਂਦੇ ਆ ਤੇ ਜਿਹੜਾ ਦੁੱਧ ਕੱਢਦੇ ਆ ਉਹਦੇ ਵਿੱਚ ਉਹੋ ਚੀਜ਼ ਜਿਹੜੀ ਆ ਉਹ ਪਾਈ ਜਾ ਰਹੀ ਆ ਜਾਂ ਕਿਸਾਨ ਹੁੰਦੇ ਹੁੰਦੇ ਸੀਗੇ ਜਦ ਫੌਜੀ ਹੁੰਦੇ ਹੁੰਦੇ ਸੀ ਹੁਣ ਫੌਜੀਆਂ ਦਾ ਤਾਂ ਕੰਮ ਹੀ ਕਿੰਨਾ ਹਾਰਡ ਹੁੰਦਾ ਨਾ ਰੋਜ਼ ਸਵੇਰੇ ਤੋਂ ਉੱਠ ਕੇ ਉਹ ਸ਼ੁਰੂ ਹੋ ਜਾਂਦੇ ਪਰੇਡ ਕਰਨੀ ਦੌੜਨਾ ਭੱਜਣਾ ਐਕਸਰਸਾਈਜ਼ ਹਨਾ ਖਰਚੇ ਬਹੁਤ ਵੱਧ ਚੁੱਕੇ ਟੈਨਸ਼ਨਾਂ ਬਹੁਤ ਵੱਧ ਚੁੱਕੀਆਂ ਲੋਕਾਂ ਲੋਕੀ ਕੀ ਕਰ ਰਹੇ ਸਟੂਡੈਂਟ ਕੀ ਕਰ ਰਹੇ ਯਾਰ ਬਹੁਤ ਮਿਹਨਤ ਕਰਦੇ ਪਏ ਆ ਵਿਚਾਰੇ ਕੰਮ ਕਰਦੇ ਪਏ ਆ ਪਰ ਐਂਡ ਆਫ ਦਾ ਮੰਥ ਜਦੋਂ ਉਹ ਦੇਖਦੇ ਉਹਨਾਂ ਦੀ ਜੇਬ ਦੇ ਵਿੱਚ ਕੁਝ ਨਹੀਂ ਬਚਦਾ ਪਿਆ ਹੈਗਾ ਉਸ ਇਫੀਸ਼ੋ ਐਲ ਮਲਟੀਵਿਟਾਮਿਨ ਲੈ 52 ਕੀ ਹੁੰਦੀ ਐ ਲੈ 52 ਹੁੰਦੀ ਆ ਉਹ ਫਿਰ ਪ੍ਰੋਟੀਨ ਪਾਊਡਰ ਪ੍ਰੀ ਵਰਕਆਊਟ ਬੀ ਸੀ ਏ ਕਰੀਟਿਨ ਐਲਕਾਰਨਿਟਿਨ ਐਲ ਆਰਜੀਨਿਨ ਸੀ ਐਲ اے ਗਲੂਟਾਮਾਈਨ ਪਤਾ ਨਹੀਂ ਕੀ ਕੀ ਆਪਣੀ ਬੋਡੀ ਦੇ ਵਿੱਚ ਪਾਈ ਜਾਣੇ ਆ ਜੇ ਕੋਈ ਸਾਨੂੰ ਕਹਿੰਦਾ ਕਿ ਇੱਕ ਸਕੂਪ ਖਾ ਲਓ ਪ੍ਰੋਟੀਨ ਦਾ ਅਸੀਂ ਉਹ ਵੀ ਖਾ ਲੈਣਾ ਜੇ ਸਾਨੂੰ ਕੋਈ ਕਹਿੰਦਾ ਕਿ ਤਿੰਨ ਸਕੂਪ ਖਾ ਲਓ ਇੱਕ ਦਿਨ ਦੇ ਵਿੱਚ ਅਸੀਂ ਉਹ ਵੀ ਖਾ ਲੈਣੇ ਅੱ비 ਨਾ ਸਵਾਲ ਕੀਤੇ ਹਾਂ ਜੀ ਸੱਜਣ ਗੱਲ ਦੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਜਿਹੜਾ ਯੂਥ ਹੈ ਨਾ ਉਹਨੂੰ ਹਾਰਟ ਅਟੈਕ ਬਹੁਤ ਆ ਰਿਹਾ ਹੈ ਡਿਪਰੈਸ਼ਨ ਬਹੁਤ ਆ ਰਿਹਾ ਹੈ ਨਾ ਕੀ ਅਸੀਂ ਕਦੀ ਸਵਾਲ ਕੀਤਾ ਕਿ ਕੁਝ ਰੀਸੈਂਟ ਟਾਈਮ ਤੋਂ ਕਿਉਂ ਹੋ ਰਿਹਾ ਹੈ ਪਹਿਲਾਂ ਕਿਉਂ ਨਹੀਂ ਕਦੀ ਹੋਇਆ ਨਾ ਸੋ ਇਹਦੇ ਤੇ ਮਤਲਬ ਸਾਰੇ ਲੋਕਾਂ ਨੇ ਆਪਣੀ ਆਪਣੀ ਟਿੱਪਣੀ ਦਿੱਤੀ ਹੈ ਅਲੱਗ-ਅਲੱਗ ਗੱਲਬਾਤਾਂ ਕੀਤੀਆਂ ਤੇ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਯੂਥ ਨੂੰ ਹਾਰਟ ਅਟੈਕ ਆ ਰਿਹਾ ਸਪੈਸ਼ਲੀ ਜਿਹੜੇ ਕੈਨੇਡਾ ਦੇ ਵਿੱਚ ਹੈ ਨਾ ਜਿਹੜਾ ਯੂਥ ਉਹਨਾਂ ਨੂੰ ਆ ਰਿਹਾ ਉਹਨਾਂ ਦੇ ਬਾਰੇ ਗੱਲ ਕਰਦੇ ਵੀ ਉਹ ਕਿਉਂ ਆ ਰਹੇ ਆ ਹਨ ਸਭ ਤੋਂ ਪਹਿਲਾਂ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੀ ਮਿਲਰੀ ਫੀਮ ਹੈ ਨਾ ਫੀਮ ਦੇ ਵਿੱਚ ਕੁਝ ਨਾ ਕੁਝ ਹੋਰ ਕੈਮੀਕਲ ਮਿਲਾਏ ਜਾ ਰਹੇ ਆ ਜਿਹੜੇ ਸਾਡੀ ਜਿਹੜੀ ਸਿਹਤ ਹੈ ਉਹਦੇ ਲਈ ਹਾਨੀਕਾਰਕ ਆ ਨਾ ਹੁਣ ਫੀਮ ਉੱਥੇ ਮਿਲਦੀ ਆ ਤੇ ਲੋਕੀ ਸਾਰੇ ਕੰਜ਼ਿਊਮ ਵੀ ਕਰਦੇ ਆ ਤੇ ਹੁਣ ਰੀਸੈਂਟਲੀ ਕੈਨੇਡਾ ਵਾਲਿਆਂ ਨੇ ਇੱਕ ਲੌਬੀ ਬਣਾਤਾ ਹੁਣ ਪਤਾ ਨਹੀਂ ਉਹਦੇ ਵਿੱਚ ਫੀਮ ਆਂਦੀ ਆ ਜਾਂ ਨਹੀਂ ਆਂਦੀ ਕਿ 2.5 ਗ੍ਰਾਮ ਤੱਕ ਤੁਸੀਂ ਕੈਰੀ ਕਰ ਸਕਦੇ ਆ ਹਨ ਹੁਣ ਜਦ ਇਹ ਲਾਅ ਸੀਗਾ ਕਿ ਤੁਸੀਂ ਕੈਰੀ ਨਹੀਂ ਕਰ ਸਕਦੇ ਹੈਗੇ ਉਸ ਲਈ ਵੀ ਲੋਕੀ ਕੰਜ਼ਿਊਮ ਕਰਦੇ ਸੀਗੇ ਤੇ ਹੁਣ ਜਦੋਂ ਸਰਕਾਰ ਨਹੀਂ ਖੋਲ੍ਹ ਦੇਤੀ 2.5 ਗ੍ਰਾਮ ਤੱਕ ਦੀ ਤਾਂ ਹੁਣ ਤੁਸੀਂ ਦੇਖ ਲਓ ਪਈਓ ਕੰਮ ਕਿੰਨਾ ਅੱਗੇ ਤੋਂ ਅੱਗੇ ਵਧ ਜੂਗਾ ਹਨਾ ਸੋ ਇੱਕ ਤਾਂ ਇਹੀ ਹੈ ਕਿ ਫੀਮ ਲੋਕੀ ਖਾਂਦੇ ਆ ਕਿਉਂਕਿ ਕੁੜੀਆਂ ਨੂੰ ਘੱਟ ਹਾਰਟ ਅਟੈਕ ਆ ਰਿਹਾ ਮੁੰਡਿਆਂ ਨੂੰ ਜ਼ਿਆਦਾ ਆ ਰਿਹਾ ਸੋ ਇਹ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹ ਤਾਂ ਕਰਕੇ ਹੋ ਰਿਹਾ ਕਿਉਂਕਿ ਆਪਣੇ ਫੀਮ ਬੰਦੇ ਖਾਂਦੇ ਆ 노 ਡਾਊਟ ਜਿਹੜੇ ਟਰੱਕ ਡਰਾਈਵਰ ਆ ਜਾਂ ਕੋਈ ਹਾਰਡ ਕੰਮ ਕਰਦੇ ਆ ਨਾ ਉਹ ਕੰਜ਼ਿਊਮ ਕਰਦੇ ਆ ਉਹਦੇ ਨਾਲ ਕੀ ਹੁੰਦਾ ਥੋੜਾ ਜਿਹਾ ਬੰਦਾ ਐਕਟਿਵ ਜਿਹਾ ਹੋ ਜਾਂਦਾ ਤੇ ਉਹਦੀ ਸੁਤਾ ਜੀ ਲੱਗੀ ਰਹਿੰਦੀ ਆ ਸੋ ਇੱਕ ਤਾਂ ਕਾਰਨ ਫੀਮ ਹੋ ਗਿਆ ਦੂਜੀ ਇੱਕ ਗੱਲ ਨਿਕਲ ਕੇ ਸੀ ਮੈਂ ਕਿਸੇ ਨੂੰ ਸੁਣਦਾ ਸੀਗਾ ਤਾਂ ਉਹ ਕਹਿੰਦੇ ਇੰਡੀਅਨ ਲੋਕਾਂ ਦੇ ਜਿਹੜੇ ਜੀਨਸ ਆ ਨਾ ਉਹਨਾਂ ਦੇ ਵਿੱਚ ਇਹ ਹਾਰਟ ਅਟੈਕ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਆ ਪਹਿਲਾਂ ਤਾਂ ਕੁਝ ਹੁੰਦਾ ਸੀਗਾ ਕਿ 30 35 ਸਾਲ ਜਾਂ 40 ਸਾਲ ਤੋਂ ਬਾਅਦ ਇਹ ਪ੍ਰੋਬਲਮ ਆਦੀ ਹੁੰਦੀ ਸੀ ਪਰ ਹੁਣ 30 ਸਾਲ ਤੋਂ ਪਹਿਲਾਂ ਨਿਆਣਿਆਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਉਹ ਕਿਉਂ ਆ ਰਹੀ ਆ ਇੱਕ ਉਹਨਾਂ ਨੇ ਕਾਰਨ ਵੱਡਾ ਦਿੱਤਾ ਕਿ ਜਿਹੜਾ ਫੂਡ ਆ ਨਾ ਅੱਜ ਦੇ ਟਾਈਮ ਦੇ ਵਿੱਚ ਫੂਡ ਸਾਡਾ ਇੰਨਕ ਜਿਆਦਾ ਘਟਿਆ ਹੋ ਚੁੱਕਾ ਇੰਨਕ ਖਰਾਬ ਹੋ ਚੁੱਕਾ ਹੈ ਅਸੀਂ ਬਹੁਤ ਜ਼ਿਆਦਾ ਘਟਿਆ ਚੀਜ਼ਾਂ ਖਾਂਦੇ ਅਸੀਂ ਜੇ ਇਹ ਵੀ ਸੋਚੀਏ ਕਿ ਅਸੀਂ ਡਾਈਟ ਪਲਾਨ ਲਿਆ ਹੈ ਅਸੀਂ ਹੈਲਦੀ ਡਾਈਟ ਖਾ ਰਹੇ ਹਾਂ ਉਹ ਵੀ ਸਾਨੂੰ ਪੱਕਾ ਨਹੀਂ ਪਤਾ ਕਿ ਉਹ ਹੈਲਦੀ ਹੈਗੀ ਆ ਜੇ ਅਸੀਂ ਮਨ ਲਓ ਦੁੱਧ ਦੀ ਜੇ ਗੱਲ ਕਰ ਲਈਏ ਨਾ ਦੁੱਧ ਅਸੀਂ ਕਹਿੰਨੇ ਪੀ ਦੁੱਧ ਪੀਨੇ ਆ ਅਸੀਂ ਹਨਾ ਦੁੱਧ ਦੇ ਵਿੱਚ ਵੀ ਕੀ ਆ ਕਿ ਗਾਵਾਂ ਜਿਹੜੀਆਂ ਆ ਉਹਨਾਂ ਨੂੰ ਕੀ ਕੀਤਾ ਇੰਜੈਕਸ਼ਨ ਲਾਏ ਜਾ ਰਹੇ ਆ ਜਿਆਦਾ ਤੋਂ ਜਿਆਦਾ ਦੁੱਧ ਦੇਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੋ ਇੱਕ ਮਿੰਟ ਡਾਕੂਮੈਂਟਰੀ ਦੇਖਦਾ ਸੀਗਾ ਉਹਦੇ ਵਿੱਚ ਇਹੀ ਦੱਸਿਆ ਗਿਆ ਸੀਗਾ ਕਿ ਗਾਵਾਂ ਨੂੰ ਕੈਂਸਰ ਹੋਇਆ ਹੁੰਦਾ ਠੀਕ ਆ ਉਹਨਾਂ ਦੇ ਥਣਾ ਦੇ ਵਿੱਚ ਪਸਪਰ ਯੋ ਹੁੰਦੀ ਆ ਪੀਕ ਜਿਹਨੂੰ ਕਹਿੰਦੇ ਆ ਨਾ ਸਟਿਲ ਉਹ ਚੋਈ ਜਾਂਦੇ ਆ ਦੁੱਧ ਕੱਢੀ ਜਾਂਦੇ ਤੇ ਜਿਹੜਾ ਦੁੱਧ ਕੱਢਦੇ ਆ ਉਹਦੇ ਵਿੱਚ ਉਹੋ ਚੀਜ਼ ਜਿਹੜੀ ਆ ਉਹ ਪਾਈ ਜਾ ਰਹੀ ਆ ਠੀਕ ਆ ਸੋ ਜੇ ਅਸੀਂ ਸੋਚ ਰਹੇ ਨਾ ਕਿ ਅਸੀਂ ਹੈਲਦੀ ਖਾ ਰਹੇ ਆ ਅਸੀਂ ਹੈਲਦੀ ਨਹੀਂ ਖਾ ਰਹੇ ਇੱਦਾਂ ਫਰੂਟ ਆ ਫਰੂਟ ਵੀ ਉਹਨਾਂ ਦੇ ਵਿੱਚ ਵੀ ਕੈਮੀਕਲ ਦਾ ਜਿਹੜਾ ਸ਼ਰਕਾ ਹੁੰਦਾ ਆ ਉਹੀ ਅਸੀਂ ਫਰੂਟ ਖਾਂਦੇ ਆ ਸਬਜ਼ੀਆਂ ਦੇ ਵਿੱਚ ਵੀ ਇਦੀਆਂ ਠੀਕ ਆ ਜੇ ਹੁਣ ਅਸੀਂ ਚਿਕਨ ਵਗੈਰਾ ਖਾਂਦੇ ਆ ਚਿਕਨ ਦੇ ਵਿੱਚ ਵੀ ਇਹੀ ਹਰੇਕ ਫੂਡ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਆ ਹਨਾ ਸੋ ਇੱਕ ਤਾਂ ਫੂਡ ਦੀ ਪ੍ਰੋਬਲਮ ਆ ਗਈ ਫਿਰ ਇਹਨੂੰ ਫੂਡ ਬਣਾਉਣ ਦੀ ਜਿਹੜੀ ਪ੍ਰੋਸੈਸ ਹੈ ਉਹ ਵੀ ਸਾਡੀ ਬੜੀ ਗਲਤ ਹੋ ਚੁੱਕੀ ਆ ਅਸੀਂ ਬਹੁਤ ਜ਼ਿਆਦਾ ਮਤਲਬ ਮਸਾਲੇ ਖਾਣੇ ਆ ਅਸੀਂ ਤਲ ਕੇ ਖਾਣੇ ਆ ਹਨਾ ਤੜਕਾ ਜਿਹੜਾ ਜਿਵੇਂ ਅਸੀਂ ਚਲੋ ਪੰਜਾਬੀਆਂ ਦੀ ਗੱਲ ਕਰਦੇ ਆ ਜਿਹੜਾ ਤੜਕਾ ਆ ਸਾਡਾ ਬਹੁਤ ਤੇਲ ਵਾਲਾ ਹੁੰਦਾ ਨਾ ਫਿਰ ਉੱਪਰ ਅਸੀਂ ਘੇ ਵੀ ਪਾਈਦਾ ਆ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਖਰਾਬ ਕਰਦੀਆਂ ਪਈਆਂ ਹਨਾ ਤੇ ਇਹਦੇ ਤੇ ਸਵਾਲ ਇਹ ਉੱਠਦਾ ਕਿ ਪਹਿਲਾਂ ਟਾਈਮ ਦੇ ਵਿੱਚ ਵੀ ਤਾਂ ਇਹੀ ਚੀਜ਼ਾਂ ਹੁੰਦੀਆਂ ਸੀ ਲੋਕੀ ਦੁੱਧ ਪੀਂਦੇ ਸੀ ਅੰਡੇ-ਉੰਡੇ ਖਾਂਦੇ ਹੁੰਦੇ ਸੀਗੇ ਇਹੀ ਚੀਜ਼ਾਂ ਤਲੀਆਂ ਪਹਿਲਾਂ ਵੀ ਖਾਂਦੇ ਹੁੰਦੇ ਸੀ ਪਰ ਅਸੀਂ ਉਹਨਾਂ ਦਾ ਜਿਹੜਾ ਲਾਈਫਸਟਾਈਲ ਹੈ ਨਾ ਉਹਦੇ ਵੱਲ ਨਹੀਂ ਕਦੀ ਝਾਤੀ ਮਾਰਦੇ ਹਾਂ ਕਿ ਜਿਹੜਾ ਉਹਨਾਂ ਦਾ ਲਾਈਫਸਟਾਈਲ ਉਹ ਕੀ ਸੀਗਾ ਉਹ ਸਵੇਰੇ ਉੱਠ ਕੇ ਚੱਲ ਜਾਂਦੇ ਹੁੰਦੇ ਸੀਗੇ ਖੇਤਾਂ ਨੂੰ ਸ਼ਾਮ ਨੂੰ ਆਦੇ ਹੁੰਦੇ ਸੀਗੇ ਸਾਰਾ ਦਿਨ ਉਹਨਾਂ ਨੇ ਆਪੇ ਖੇਤ ਗੁੱਡਣਾ ਬਾਈ ਕਰਨੀ ਠੀਕ ਹੈ ਬੀਜਣਾ ਜੋ ਵੀ ਆ ਸੰਜਾਈ ਕਰਨੀ ਸਾਰਾ ਦਿਨ ਉਹਨਾਂ ਨੇ ਖੇਤਾਂ ਦੇ ਵਿੱਚ ਕੁਝ ਨਾ ਕੁਝ ਲੱਗੇ ਰਹਿਣਾ ਜੇ ਕੋਈ ਬੰਦਾ ਹੋਰ ਵੀ ਕੰਮ ਕਰਦਾ ਹੁੰਦਾ ਸੀਗਾ ਨਾ ਉਹਦੇ ਕੋਲ ਵੀ ਖੇਤਾਂ ਦੀ ਪੈੜੀ ਹੁੰਦੀ ਸੀ ਕੁਝ ਨਾ ਕੁਝ ਖੇਤ ਹੁੰਦੇ ਸੀਗੇ ਉਹ ਵੀ ਬੰਦਾ ਕੁਝ ਨਾ ਕੁਝ ਆ ਕੇ ਖੇਤਾਂ ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ ਨਾ ਤੇ ਜਾਂ ਕਿਸਾਨ ਹੁੰਦੇ ਹੁੰਦੇ ਸੀਗੇ ਜਾਂ ਫੌਜੀ ਹੁੰਦੇ ਹੁੰਦੇ ਸੀਗੇ ਉਹਨੂੰ ਫੌਜੀਆਂ ਦਾ ਤਾਂ ਕੰਮ ਹੀ ਕਿੰਨਾ ਹਾਰਡ ਹੁੰਦਾ ਨਾ ਰੋਜ਼ ਸਵੇਰੇ ਤੋਂ ਉੱਠ ਕੇ ਉਹ ਸ਼ੁਰੂ ਹੋ ਜਾਂਦੇ ਪਰੇਡ ਕਰਨੀ ਦੌੜਨਾ ਭੱਜਣਾ ਐਕਸਰਸਾਈਜ਼ ਹਨਾ ਤੇ ਰਾਤ ਤੱਕ ਉਹਨਾਂ ਦਾ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਸੋ ਉਹ ਜਿਹੜਾ ਲਾਈਫਸਟਾਈਲ ਹੁੰਦਾ ਸੀਗਾ ਉਹ ਬਹੁਤ ਡਿਫਰੈਂਟ ਲਾਈਫਸਟਾਈਲ ਹੁੰਦਾ ਹੁੰਦਾ ਸੀਗਾ ਪਰ ਹੁਣ ਕੀ ਹੈ ਹੁਣ ਤੁਸੀਂ ਆਪ ਦੇਖੋ 8 8:30 ਵਜੇ ਉੱਠਦੇ ਆ ਜੇ ਅਸੀਂ ਨੋਰਮਲ ਨੌਜਵਾਨ ਦੀ ਗੱਲ ਕਰੀਏ ਹਨਾ 8 8:30 ਵਜੇ ਉੱਠਦੇ ਆ ਫੋਨਾਂ ਦੇ ਲੱਗ ਜਾਂਦੇ ਆ ਠੀਕ ਆ ਉਤਵਾਦ ਜੇ ਕੋਈ ਘਰ ਦੇ ਵਿੱਚ ਕੰਮ ਹੁੰਦਾ ਤਾਂ ਅਸੀਂ ਕਰਦੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਹੁਣ ਜਿਹੜੀ ਖੇਤੀ ਥੋੜੀ ਜੀ ਸੌਖੀ ਹੋ ਚੁੱਕੀ ਆ ਟਰੈਕਟਰ ਸਾਰਿਆਂ ਦੇ ਕੋਲ ਹੈਗੇ ਆ ਜੀ ਟਰੈਕਟਰ ਕਿਸੇ ਕੋਲ ਨਹੀਂ ਵੀ ਹੈਗਾ ਉਹ ਵੀ ਕਿਰਾਏ ਤੇ ਖੇਤ ਦਾ ਜਿਹੜਾ ਮਤਲਬ ਬੁਹਾਈ ਆ ਉਹ ਕਰਾ ਲੈਂਦਾ ਹਨਾ ਆਪ ਨਹੀਂ ਉਹ ਕੰਮ ਕਰਦਾ ਹੈਗਾ ਸੋ ਆਪਾਂ ਜਿਹੜਾ ਹਾਰਡ ਕੰਮ ਕਰਦੇ ਹੁੰਦੇ ਸੀ ਜਿਹੜਾ ਪਸੀਨਾ ਕੱਢਦੇ ਹੁੰਦੇ ਸੀਗੇ ਉਹ ਨਹੀਂ ਅੱਜ ਦੇ ਟਾਈਮ ਦੇ ਵਿੱਚ ਕਰਦੇ ਪਏ ਖਾਣਾ ਪੀਣਾ ਅਸੀਂ ਉਹੀ ਰੱਖਿਆ ਪਰ ਲਾਈਫ ਸਟਾਈਲ ਸਾਡਾ ਚੇਂਜ ਹੋ ਚੁੱਕਾ ਹੈ ਨਾ ਸੋ ਇਸ ਕਰਕੇ ਹੁਣ ਜਿਹੜਾ ਫੂਡ ਆ ਉਹ ਮਤਲਬ ਜ਼ਹਿਰ ਵਾਂਗੂ ਹੀ ਕੰਮ ਕਰਦਾ ਪਿਆ ਸਾਡੇ ਅੰਦਰ ਇਹ ਹੋ ਗਈ ਫੂਡ ਦੀ ਗੱਲ ਹਨਾ ਤੇ ਦੂਜੀ ਗੱਲ ਜੇ ਅਸੀਂ ਐਕਸਰਸਾਈਜ਼ ਦੀ ਗੱਲ ਕਰੀ ਨਾ ਹੁਣ ਫੂਡ ਇਦਾਂ ਦਾ ਆ ਕਿ ਸਾਨੂੰ ਮੋਟਾਪਾ ਬਹੁਤ ਛੇਤੀ ਆਉਂਦਾ ਆ ਕਿਉਂਕਿ ਅਸੀਂ ਕੰਮ ਘੱਟ ਕਰਦੇ ਆ ਕੁਝ ਤੇ ਅਸੀਂ ਕੋਈ ਵੀ ਫੂਡ ਖਾਈਏ ਸਾਡੇ ਸਰੀਰ ਤੇ ਫੈਟ ਬਹੁਤ ਛੇਤੀ ਚੜ ਜਾਂਦੀ ਆ ਸੋ ਇਹ ਇੱਕ ਪ੍ਰੋਬਲਮ ਵੀ ਲੱਗਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਮਾਰਕੀਟਿੰਗ ਸੋਹਣੇ ਮੁੰਡੇ ਦੀ ਜਾਂ ਸੋਹਣੀ ਕੁੜੀ ਦੀ ਜਿਹੜੀ ਕੀਤੀ ਹੋ ਆ ਉਹ ਇਹੀ ਆ ਕਿ ਸੋਹਣਾ ਮੁੰਡਾ ਉਹੀ ਆ ਜੀ ਦੀ ਬਾਡੀ ਸ਼ੇਪ ਦੇ ਵਿੱਚ ਆ ਡੋਲੇ ਛੋਲੇ ਹੈਗੇ ਆ ਜੇ 6 ਪੈਕ ਹੈਗੇ ਫਿਰ ਤਾਂ ਚਲੋ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਨਾ ਉਹੀ ਸੋਹਣਾ ਬੰਦਾ ਸੋ ਇਹ ਇੱਕ ਟੈਨਸ਼ਨ ਜੀ ਰਹਿੰਦੀ ਆ ਮੁੰਡਿਆਂ ਦੇ ਵਿੱਚ ਵੀ ਸਪੈਸ਼ਲੀ ਕਿ ਫੈਟ ਚੜੀ ਜਾਂਦੀ ਖਾਈ ਜਾਂਦੇ ਕਿਤੇ ਨਾ ਕਿਤੇ ਸਟ्रेस ਹੋ ਜਾਂਦੀ ਹੈ ਨਾ ਜਦੋਂ ਸਟ्रेस ਹੁੰਦੀ ਆ ਉਹ ਫਿਰ ਕੀ ਕਰਦੇ ਆ ਕਿ ਛੇਤੀ ਛੇਤੀ ਅਸੀਂ ਮਤਲਬ ਜਿਹੜਾ ਨਾ ਸਰੀਰ ਆਪਣਾ ਸੈੱਟ ਕਰ ਲਈਏ ਕਿਉਂ ਕਿਉਂਕਿ ਹੁਣ ਸਾਨੂੰ ਲਾਈਫਸਟਾਈਲ ਤਾਂ ਸੀ ਜੀ ਕਿਸੇ ਚੀਜ਼ ਨੂੰ ਬਣਾਇਆ ਨਹੀਂ ਹੈਗਾ ਨਾ ਫੂਡ ਨੂੰ ਨਾ ਐਕਸਰਸਾਈਜ਼ ਨੂੰ ਸਾਡੀ ਲਾਈਫ ਦੇ ਵਿੱਚ ਕੋਈ ਰੂਟੀਨ ਤਾਂ ਹੁੰਦੀ ਨਹੀਂ ਹੈਗੀ ਤੇ ਫਿਰ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਵਿਆਹ ਆ ਜਾਂਦਾ ਜਾਂ ਅਸੀਂ ਕਿਤੇ ਟਰੈਵਲ ਕਰਨਾ ਹੁੰਦਾ ਫਿਰ ਅਸੀਂ ਕਹਿੰਦੇ ਛੇਤੀ ਛੇਤੀ ਨਾ ਅਸੀਂ ਮਤਲਬ ਕੋਈ ਐਕਸਰਸਾਈਜ਼ ਤੇ ਡਾਈਟ ਪਲਾਨ ਲਈਏ ਤੇ ਅਸੀਂ ਪਤਲੇ ਹੋ ਜਾਈਏ ਅਸੀਂ ਸਰੀਰ ਫਿੱਟ ਕਰ ਲਈਏ ਫਿਰ ਕੀ ਹੁੰਦਾ ਉਹਦੇ ਵਿੱਚ ਅਸੀਂ ਹਾਈ ਇੰਟੈਂਸਿਟੀ ਜਿਹੜੇ ਵਰਕਆਊਟ ਹੁੰਦੇ ਆ ਉਹ ਕਰਦੇ ਆ ਤੇ ਸਪੈਸ਼ਲੀ ਇੱਕ ਵਰਕਆਊਟ ਆਉਂਦਾ ਆ weight lose ਕਰਨ ਦੇ ਲਈ fat loss ਕਰਨ ਦੇ ਲਈ ਜੋ ਮਰਜੀ ਕਹ ਲੋ ਨਾ ਹਿੱਟ h i i t ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਹੈ ਨਾ ਆਪਾਂ ਵੀ ਕੀਤੀ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਹਾਰਟ ਬੀਟ ਹੈ ਨਾ ਉਹ ਉੱਪਰ ਤੱਕ ਜਾਂਦੀ ਹੈ 180 ਤੱਕ ਜਾਂਦੀ ਹੈ ਫਿਰ ਤੁਸੀਂ ਰਿਲੈਕਸ ਹੋਨੇ ਉਹ ਥੱਲੇ ਆਂਦੀ ਆ ਫਿਰ ਤੁਸੀਂ ਐਕਸਰਸਾਈਜ਼ ਕਰਦੇ ਹੋ ਉੱਪਰ ਜਾਂਦੀ ਆ ਸੋ ਅਪ ਡਾਊਨ ਆਪ ਡਾਊਨ ਚੱਲਦਾ ਰਹਿੰਦਾ ਠੀਕ ਹੈ ਇਹ ਟੈਕਨੀਕ ਜਿਹੜੀਆਂ ਐਕਸਰਸਾਈਜ਼ ਦੇ ਵਿੱਚ ਨਮੀ ਨਮੀ ਆ ਤਾਂ ਰਹੀਆਂ ਆ ਪਰ ਚੱਕਰ ਕੀ ਹੈ ਇਹ ਇੰਡੀਵਿਜੂਅਲ ਤੇ ਕਿੱਦਾਂ ਕੰਮ ਕਰਦੀਆਂ ਉਹਦੇ ਬਾਰੇ ਅਸੀਂ ਕਦੀ ਨਹੀਂ ਸੋਚਦੇ ਹੈਗੇ ਅਸੀਂ ਲੋਕਾਂ ਵੱਲ ਦੇਖਦੇ ਆ ਕਿ ਉਹ ਕਰਦਾ ਪਿਆ ਆ ਤੇ ਸਾਨੂੰ ਲੱਗਦਾ ਕਿ ਸਾਨੂੰ ਯਾਰ ਕੀ ਫਰਕ ਪਾਉਗੋ ਸਾਡੇ ਪਹਿਲੀ ਗੱਲ ਤਾਂ ਸੋਚਦੇ ਨਹੀਂ ਹੈਗੇ ਇੱਥੇ ਤੱਕ ਅਸੀਂ ਆਉਂਦੇ ਵੀ ਨਹੀਂ ਹੈਗੇ ਪਰ ਇਹ ਜੀ ਸਾਨੂੰ ਸੋਚਣੀ ਚਾਹੀਦੀ ਹੈ ਕਿ ਜੇ ਉਹਦੇ ਲਈ ਇਹ ਐਕਸਰਸਾਈਜ਼ ਸਹੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਐਕਸਰਸਾਈਜ਼ ਸਾਡੇ ਲਈ ਵੀ ਸਹੀ ਹੈਗੀ ਆ ਠੀਕ ਆ ਸੋ ਸਾਡੀ ਜਿਹੜੀ ਸਰੀਰ ਦੀ ਬਣਤਰ ਥੋੜੀ ਹੋਰ ਹੋ ਸਕਦੀ ਹੈ ਜਿਹੜੇ ਸਾਡੇ ਸਰੀਰ ਦੇ ਕੰਮ ਹੈ ਜਿਹੜਾ ਹਾਰਟ ਦਾ ਪੰਪਿੰਗ ਜੋ ਵੀ ਸਿਸਟਮ ਹੈ ਥੋੜਾ ਜਿਹਾ ਡਿਫਰੈਂਟ ਹੋ ਸਕਦਾ ਹੈ ਨਾ ਤੇ ਜੇ ਅਸੀਂ ਹਾਰਟ ਬੀਟ ਉੱਪਰ ਕਰਦੇ ਆ ਕੀ ਪਤਾ ਸਾਡਾ ਸਰੀਰ ਕਿੱਦਾਂ ਰਿਐਕਟ ਕਰੂਗਾ ਅਸੀਂ ਨਹੀਂ ਧਿਆਨ ਦਿੰਦੇ ਨੇ ਅਸੀਂ YouTube ਤੇ ਹੋ ਗਿਆ ਜਾਂ ਜਿਹੜੇ ਨਾਲ ਜਿੰਮ ਦੇ ਵਿੱਚ ਆਂਦੇ ਆ ਅਸੀਂ ਉਹਨਾਂ ਤੋਂ ਸੁਣਦੇ ਆ ਸਿੱਖਦੇ ਆ ਦੇਖਦੇ ਆ ਜੀ ਉਹਨਾਂ ਦੀ ਬੋਡੀ ਵਧੀਆ ਬਣੀ ਹੋਊ ਤੇ ਉਹ ਦੱਸਦੇ ਆ ਕਿ ਐਦਾਂ ਐਦਾਂ ਕਰ ਲਓ ਤੇ ਅਸੀਂ ਬਿਨਾ ਰਿਸਰਚ ਕੀਤੇ ਬਿਨਾ ਜਾਣੇ ਆਪਣੀ ਬੋਡੀ ਦੇ ਪਏ ਸਾਡੀ ਬੋਡੀ ਕਿਹੜੀ ਚੀਜ਼ ਨਾਲ ਕਿੱਦਾਂ ਰਿਐਕਟ ਕਰਦੀ ਐ ਅਸੀਂ ਉਹ ਕੰਮ ਸ਼ੁਰੂ ਕਰ ਦੰਨੇ ਤਾਂ ਸੋ ਕਦੀ ਕਦੀ ਕੀ ਹੁੰਦਾ ਉਹ ਚੀਜ਼ਾਂ ਡੇਂਜਰਸ ਹੋ ਜਾਂਦੀਆਂ ਸਾਡੇ ਲਈ ਹਨ ਤੇ ਫੂਡ ਵੀ ਇਦੀਆਂ ਸਪਲੀਮੈਂਟ ਵੀ ਇਦੀਆਂ ਸਪਲੀਮੈਂਟ ਵਾਲੇ ਦਾ ਆਪਣੇ ਵੱਲੋਂ ਲਿਖ ਦਿੰਦੇ ਆ ਕਿ ਤੁਸੀਂ ਮਤਲਬ ਕਿਸੇ ਐਕਸਪਰਟ ਦੇ ਨਾਲ ਪਹਿਲਾਂ ਸਲਾਹ ਕਰੋ ਜਾਂ ਡਾਕਟਰ ਦੇ ਨਾਲ ਸਲਾਹ ਕਰੋ ਹਨ ਪਰ ਅਸੀਂ ਉਹ ਚੀਜ਼ ਕਰਦੇ ਨਹੀਂ ਹੈਗੇ ਜੇ ਕੋਈ ਸਾਨੂੰ ਕਹਿੰਦਾ ਕਿ ਇੱਕ ਸਕੂਪ ਖਾ ਲਓ ਪ੍ਰੋਟੀਨ ਦਾ ਅਸੀਂ ਉਹ ਵੀ ਖਾ ਲੈਣਾ ਹੈ ਜੀ ਸਾਨੂੰ ਕੋਈ ਕਹਿੰਦਾ ਕਿ ਤਿੰਨ ਸਕੂਪ ਖਾ ਲਓ ਇੱਕ ਦਿਨ ਦੇ ਵਿੱਚ ਅਸੀਂ ਉਹ ਵੀ ਖਾ ਲਾਂਗੇ ਅੱਭੀ ਨਾ ਸਵਾਲ ਕੀਤੇ ਕਿਉਂ ਕਿ ਜੀ ਨੂੰ ਅਸੀਂ ਸੁਣਦੇ ਪਏ ਸਾਡਾ ਯਕੀਨ ਇਹ ਨਾ ਬਣ ਚੁੱਕਾ ਹੈ ਨਾ ਤੇ ਸਾਨੂੰ ਲੱਗਦਾ ਕਿ ਉਹ ਸਹੀ ਕਹਿ ਰਿਹਾ ਕਿਉਂਕਿ ਆਪ ਵੀ ਕਹਿੰਦਾ ਆ ਹੁਣ ਦੇਖੋ ਕਿੰਨੇ ਮਤਲਬ ਅਸੀਂ ਚਲੋ ਕਹਿ ਦਿੰਦੇ ਆ ਕਿ ਉਹ ਨਿਊਟ੍ਰੀਸ਼ਨਲ ਵੈਲਿਊ ਐਡ ਕਰਦੇ ਆ ਹਨਾ ਕਿ ਉਹ ਕੈਮੀਕਲ ਨਹੀਂ ਹੈਗੇ ਪਰ ਫਿਰ ਵੀ ਜਦੋਂ ਤੁਸੀਂ ਇੱਕ ਚੀਜ਼ ਇੰਨੀ ਖਾਣੀ ਆ ਹਨਾ ਤੇ ਉਹਦੇ ਚੋਂ ਐਕਸਟ੍ਰੈਕਟ ਕਰੀ ਜਾਣਾ ਕਰੀ ਜਾਣਾ ਉਹ ਇੰਨੀ ਕੀ ਚੀਜ਼ ਦੇ ਵਿੱਚ ਕਿੰਨੀ ਨਿਊਟ੍ਰੀਸ਼ਨ ਤੁਹਾਨੂੰ ਮਿਲਦੀ ਪਈ ਹੈ ਤੇ ਉਹਨੂੰ ਜਦੋਂ ਪਛਾਣਾ ਹੈ ਸਾਡੇ ਸਰੀਰ ਦਾ ਜ਼ੋਰ ਤਾਂ ਲੱਗਣਾ ਹੀ ਆ ਨਾ ਉਹ ਕਿਤੇ ਨਾ ਕਿਤੇ ਐਕਸਟਰਾ ਕੰਮ ਕਰਨਾ ਪੈਣਾ ਸਾਡੀ ਬਾਡੀ ਨੂੰ ਸੋ ਅਸੀਂ ਕੀ ਕਰ ਰਹੇ ਹਾਂ ਅਸੀਂ ਫਿਸ਼ ਆਇਲ ਮਲਟੀ ਵਿਟਾਮਿਨ ਲੈ 52 ਕੀ ਹੁੰਦੀ ਹੈ ਲੈ 52 ਹੁੰਦੀ ਆਹੋ ਫਿਰ ਪ੍ਰੋਟੀਨ ਪਾਊਡਰ ਪ੍ਰੀ ਵਰਕਆਊਟ ਬੀ ਸੀ ਏ ਕਰੀਟੀਨ ਐਲਕਾਰਨਿਟਿਨ ਐਲ ਆਰਜੀਨਿਨ ਸੀ ਐਲ اے ਗਲੂਟਾਮਾਈਨ ਪਤਾ ਨਹੀਂ ਕੀ ਕੀ ਆਪਣੀ ਬੋਡੀ ਦੇ ਵਿੱਚ ਪਾਈ ਜਾਂਦੇ ਆ ਸੋ ਉਹ ਜਿਹੜੇ ਬੰਦੇ ਉਹਨਾਂ ਨੇ ਤਾਂ ਆਪਣੇ ਪ੍ਰੋਡਕਟ ਵੇਚਣੇ ਆ ਮਾਰਕੀਟਿੰਗ ਕਰਨੀ ਪਰ ਤੁਸੀਂ ਇਹ ਦੇਖਣਾ ਕਿ ਤੁਹਾਡੇ ਗੋਲ ਕਿਹੜੇ ਆ ਠੀਕ ਆ ਤੁਹਾਨੂੰ ਕੀ ਚਾਹੀਦਾ ਆ ਸੋ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਨਹੀਂ ਕਰਦੇ ਤਾਂ ਉਹ ਸਾਡੇ ਸਰੀਰ ਤੇ ਭਾਰੀਆਂ ਪੈਂਦੀਆਂ ਤੇ ਫਿਰ ਇਦਾਂ ਦੀਆਂ ਪ੍ਰੋਬਲਮ ਆਉਂਦੀਆਂ ਹੁਣ ਜਿਹੜੇ ਕੈਨੇਡਾ ਦੇ ਵਿੱਚ ਨਿਆਣੇ ਬੈਠੇ ਉਹਨਾਂ ਨੂੰ ਇਹ ਚੀਜ਼ਾਂ ਖਰੀਦਣੀਆਂ ਬਹੁਤ ਸੌਖੀਆਂ ਕਿਉਂਕਿ ਵਧੀਆ ਕੰਮ ਕਰਦੇ ਪਏ ਆ ਵਧੀਆ ਜਿੰਮਾਂ ਦੇ ਵਿੱਚ ਜਾਂਦੇ ਆ ਹਨਾ ਸੋ ਇੱਕ ਪ੍ਰਮੋਟ ਕੀ ਇੱਕ ਸਟੈਕ ਸਟੈਕ ਸ਼ਬਦ ਬੜਾ ਵਰਤਿਆ ਜਾਂਦਾ ਕਿ ਤੇਰਾ ਕਿਹੜਾ ਸਟੈਕ ਹੈ ਮਤਲਬ ਉਹਦੇ ਵਿੱਚ ਸਟੈਕ ਦੇ ਵਿੱਚ ਆ ਗਿਆ ਤੁਹਾਡਾ ਪ੍ਰੀ ਵਰਕਆਊਟ ਆ ਗਿਆ ਹਨਾ ਪੋਸਟ ਵਰਕਆਊਟ ਆ ਗਿਆ ਫਿਰ ਇੱਕ ਦੋ ਮਤਲਬ ਮਲਟੀ ਵਿਟਾਮਿਨ ਜਾਂ ਫਿਸ਼ ਆਇਲ ਆ ਗਿਆ ਇੱਕ ਅੱਧਾ ਹੋਰ ਚੀਜ਼ ਆ ਗਈ ਹਨਾ ਤੇ ਤੇਰਾ ਸਟੈਕ ਕਿਹੜਾ ਹੈ ਸੋ ਇਹ ਚੀਜ਼ ਨੂੰ ਥੋੜਾ ਪ੍ਰਮੋਟ ਜਿਆ ਕੀਤਾ ਜਾਂਦਾ ਹਨਾ ਸੋ ਅਸੀਂ ਉਹ ਆਪਣਾ ਸਟੈਕ ਤਿਆਰ ਰੱਖਦੇ ਹਾਂ ਸਾਨੂੰ ਨਹੀਂ ਪਤਾ ਸਾਡੀ ਬੋਡੀ ਨੇ ਉਹਤੇ ਕਿੱਦਾਂ ਰਿਐਕਟ ਕਰਨਾ ਤੇ ਕਈ ਵਾਰ ਸਾਡੀ ਬੋਡੀ ਬੈਡਲੀ ਰਿਐਕਟ ਵੀ ਕਰਦੀ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਇਹ ਕਿਉਂ ਹੋਇਆ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਤਾਂ ਇਹੀ ਪਿਆ ਕਿ ਇਹ ਚੀਜ਼ਾਂ ਦਾ ਸਹੀ ਆ ਇਹ ਚੀਜ਼ਾਂ ਗਲਤ ਇਫੈਕਟ ਨਹੀਂ ਪਾ ਸਕਦੀਆਂ ਸੋ ਸਾਡਾ ਦਿਮਾਗ ਉਧਰ ਜਾਂਦਾ ਹੀ ਨਹੀਂ ਹੈਗਾ ਅਸੀਂ ਹੋਰ ਪਾਸੇ ਉਹ ਚੀਜ਼ਾਂ ਲੱਭਦੇ ਰਹੀਦਾ ਹਨ ਸੋ ਇਹ ਵੀ ਇੱਕ ਕਾਰਨ ਹੈ ਦੂਜਾ ਕਾਰਨ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਉਹ ਹੈਗਾ ਆ ਟੈਨਸ਼ਨ ਡਿਪਰੈਸ਼ਨ ਹੁਣ ਅੱਜ ਦੇ ਟਾਈਮ ਦੇ ਵਿੱਚ ਬਹੁਤ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ ਪਈਆਂ ਹਨ ਹੁਣ ਅੱਗੇ ਕੀ ਹੁੰਦਾ ਸੀਗਾ ਬਹੁਤ ਸਿੰਪਲ ਜੀ ਲਾਈਫ ਹੁੰਦੀ ਸੀਗੀ ਜਿਵੇਂ ਸੀ ਨਾਰਮਲ ਚਲੋ ਸਟੂਡੈਂਟ ਦੀ ਗੱਲ ਕਰੀਏ ਨਾ ਸਟੂਡੈਂਟ ਕੀ ਆ ਸਵੇਰੇ ਉੱਠ ਕੇ ਜਾਣਾ ਆ ਪੜ੍ਹਨਾ ਆ ਟੈਨਸ਼ਨ ਕਰਦੀ ਆ ਸਕੂਲ ਦਾ ਕੰਮ ਕਰਨ ਦੀ ਹੋਰ ਕਾਦੀ ਟੈਨਸ਼ਨ ਨੇ ਆ ਪੀਪਰਾਂ ਦੀ ਹਨਾ ਹੋਰ ਇਸ ਤੋਂ ਇਲਾਵਾ ਹੋਰ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਕਿਉਂਕਿ ਆਗੇ ਖੇਡਣਾ ਆ ਬਸ ਠੀਕ ਆ ਰਿਲੈਕਸ ਹੋ ਜਾਣਾ ਹੁਣ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਆਏ ਆ ਉਹਨਾਂ ਦਾ ਲਾਈਫ ਸਟਾਈਲ ਕੀ ਆ ਪੈਸੇ ਖਰਚ ਕੇ ਆਏ ਆ ਕਾਫੀ ਬੰਦੇ ਜਿਹੜੇ ਲੋਨ ਲੈ ਕੇ ਆਏ ਆ ਸੋ ਉਹ ਜਿਹੜੀ ਟੈਨਸ਼ਨ ਆ ਕੰਟੀਨਿਊਸਲੀ ਦਿਮਾਗ ਤੇ ਚੱਲੀ ਜਾਂਦੀ ਆ ਹਨਾ ਉਸ ਤੋਂ ਇਲਾਵਾ ਕਾਲਜ ਦੀ ਟੈਨਸ਼ਨ ਨੇ ਆ ਜੀ ਕਾਲਜ ਨਹੀਂ ਵੀ ਜਾਂਦੇ ਚਲੋ ਠੀਕ ਆ ਹਨਾ ਫਿਰ ਕੀ ਆ ਪੱਕੇ ਹੋਣ ਦੀ ਟੈਨਸ਼ਨ ਹੈ ਕਿ ਅਸੀਂ ਪੱਕੇ ਕਿਦਾਂ ਹੋਣਾ ਉਹ ਵੀ ਕੰਟੀਨਿਊਸਲੀ ਦਿਮਾਗ ਦੇ ਵਿੱਚ ਚੱਲੀ ਜਾਂਦੀ ਕਿਤੇ ਨਾ ਕਿਤੇ ਉਹ ਹਿੱਟ ਕਰਦੀ ਰਹਿੰਦੀ ਆ ਹਨਾ ਤੇ ਹੁਣ ਰੀਸੈਂਟ ਟਾਈਮ ਦੇ ਵਿੱਚ ਕੀ ਹੋਇਆ ਜਦੋਂ ਇਨਫਲੇਸ਼ਨ ਹੋਈ ਆ ਵਾਰ ਵਾਰ ਸ਼ੁਰੂ ਹੋ ਗਈ ਨਾ ਯੂਕਰੇਨ ਦੇ ਵਿੱਚ ਆਪਣਾ ਕੋਵਿਡ ਆ ਗਿਆ ਇਹਦੇ ਨਾਲ ਬਹੁਤ ਜ਼ਿਆਦਾ ਇਨਫਲੇਸ਼ਨ ਹੋ ਚੁੱਕੀ ਆ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਇਸ ਵੇਲੇ ਹਨਾ ਕੈਨੇਡਾ ਦੇ ਵਿੱਚ ਤੇ ਸਾਰਿਆਂ ਦੇ ਵਿੱਚ ਚਲੋ ਬੱਝ ਚੁੱਕੇ ਆ ਮੈਂ ਕੈਨੇਡਾ ਦੀ ਚਲੋ ਗੱਲ ਕਰ ਰਹੇ ਆ ਇਸ ਵੇਲੇ ਖਰਚੇ ਬਹੁਤ ਵੱਧ ਚੁੱਕੇ ਟੈਂਸ਼ਨ ਬਹੁਤ ਵੱਧ ਚੁੱਕੀਆਂ ਲੋਕਾਂ ਲੋਕੀ ਕੀ ਕਰ ਰਹੇ ਸਟੂਡੈਂਟ ਕੀ ਕਰ ਰਹੇ ਯਾਰ ਬਹੁਤ ਮਿਹਨਤ ਕਰਦੇ ਪਏ ਆ ਵਿਚਾਰੇ ਕੰਮ ਕਰਦੇ ਪਏ ਆ ਪਰ ਐਂਡ ਆਫ ਦਾ ਮੰਥ ਜਦੋਂ ਉਹ ਦੇਖਦੇ ਉਹਨਾਂ ਦੀ ਜੇਬ ਦੇ ਵਿੱਚ ਕੁਝ ਨਹੀਂ ਬਚਦਾ ਪਿਆ ਹੈਗਾ ਫਿਊਚਰ ਲਈ ਕੋਈ ਸੇਵਿੰਗ ਨਹੀਂ ਹੋ ਰਹੀ ਹੈਗੀ ਬਹੁਤ ਖਰਚੇ ਜ਼ਿਆਦਾ ਵੱਧ ਚੁੱਕੇ ਖਰਚੇ ਵੱਧ ਚੁੱਕੇ ਆ ਆਪਣੇ ਖਰਚੇ ਵਧਾਇਓ ਵੀ ਹਨ ਇੱਕ ਦੂਜੇ ਨੂੰ ਦੇਖ ਕੇ ਅਸੀਂ ਗੱਡੀਆਂ ਲਈਆਂ ਮਹਿੰਗੇ ਕੱਪੜੇ ਮਹਿੰਗੇ ਬੂਟ ਸਾਰਾ ਕੁਝ ਅਸੀਂ ਬਹੁਤ ਪੈਸੇ ਖਰਚਦੇ ਪਈਆਂ ਇਸੇ ਕਰਕੇ ਸਾਡੇ ਦਿਮਾਗ ਦੇ ਵਿੱਚ ਜਿਹੜੀ ਟੈਨਸ਼ਨ ਹੈ ਉਹ ਚੱਲੀ ਜਾਂਦੀ ਹੈ ਚੱਲੀ ਜਾਂਦੀ ਤੇ ਉਹ ਟੈਨਸ਼ਨ ਡਿਪਰੈਸ਼ਨ ਬਣ ਜਾਂਦੀ ਹੈ ਜਦੋਂ ਉਹ ਜ਼ਿਆਦਾ ਹਾਵੀ ਹੋ ਜਾਂਦੀ ਕਿ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਤੇ ਅਸੀਂ ਉਸੇ ਚੀਜ਼ ਲਈ ਕੰਮ ਕਰਦੇ ਆਂ ਤੇ ਉਹ ਕੰਮ ਜਦੋਂ ਸਾਡੇ ਤੋਂ ਅਚੀਵ ਨਹੀਂ ਹੁੰਦਾ ਨਾ ਫਿਰ ਉਹ ਟੈਂਸ਼ਨ ਜਿਹੜੀ ਆ ਉਹ ਡਿਪਰੈਸ਼ਨ ਬਣ ਜਾਂਦਾ ਕਿਉਂਕਿ ਕੰਟੀਨਿਊਸਲੀ ਉਹੀ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਚੱਲੀ ਜੰਨੀਆਂ ਹਨਾ ਸੋ ਇਹੀ ਜਦੋਂ ਟੈਂਸ਼ਨ ਹੁੰਦੀ ਆ ਤਾਂ ਉਹ ਟੈਂਸ਼ਨ ਸਾਡੇ ਸਰੀਰ ਦਾ ਜਿਹੜਾ ਸਿਸਟਮ ਹੈ ਨਾ ਉਹਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਆ ਜਿਹੜੀ ਹਾਰਟ ਦੇ ਵਿੱਚ ਪੰਪਿੰਗ ਹੋ ਰਹੀ ਆ ਬਲੱਡ ਦੀ ਨਾ ਉਹਦੇ ਵਿੱਚ ਗੜਬੜਾਣੀ ਸ਼ੁਰੂ ਹੋ ਜਾਂਦੀ ਆ ਤੇ ਜੇ ਮੈਂ ਸਹੀ ਹ ਜਿੱਤੇ ਤੱਕ ਮੈਂ ਪੜਿਆ ਤੇ ਖੂਨ ਜਿਹੜਾ ਆ ਥੋੜਾ ਜਿਹਾ ਗਾੜਾ ਹੋਣ ਲੱਪੰਦਾ ਹਨਾ ਉਹਦੇ ਨਾਲ ਕੀ ਆ ਫਿਰ ਜਿਹੜੀਆਂ ਵੈਸਲਸ ਆ ਨਾ ਉਹਦੇ ਵਿੱਚ ਦੀ ਜਿਹੜਾ ਖੂਨ ਆ ਉਹ ਫਲੋ ਨਹੀਂ ਹੁੰਦਾ ਚੰਗੀ ਤਰੀਕੇ ਨਾਲ ਫਿਰ ਕੀ ਹੁੰਦਾ ਫਿਰ ਹਾਰਟ ਅਟੈਕ ਹੁੰਦਾ ਸੋ ਇਹ ਵੀ ਇੱਕ ਰੀਜ਼ਨ ਆ ਕਿ ਜਿਹੜੀ ਟੈਨਸ਼ਨ ਆ ਨਾ ਇਸ ਵੇਲੇ ਬਹੁਤ ਵੱਧ ਚੁੱਕੀ ਆ ਕਿਉਂਕਿ ਅਸੀਂ ਆਪਣੇ ਖਰਚੇ ਬਹੁਤ ਵਧਾਏ ਬਹੁਤ ਕੁਝ ਹੋ ਰਿਹਾ ਹੁਣ ਜੇ ਇਹ ਤਾਂ ਚਲੋ ਅਸੀਂ ਸਟੱਡੀ ਦੇ ਨਾਲ ਤੇ ਖਰਚਿਆਂ ਦੀ ਗੱਲ ਕਰ ਲਈ ਹੋਰ ਕੀ ਐ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਚੱਲਦੀਆਂ ਪਈਆਂ ਨਾ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਜਣੀ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਆਂ ਨਾ ਅਸੀਂ ਰੀਲਾਂ ਬਣਾਉਂਦੇ ਆਂ ਅਸੀਂ ਫੋਟੋਆਂ ਪਾਉਂਦੇ ਆਂ ਹਨਾ ਅਸੀਂ ਕਿਸੇ ਨਾ ਕਿਸੇ ਨਾਲ ਕਲੈਬ ਕਰਦੇ ਆਂ ਅਸੀਂ ਪੈਸੇ ਖਰਚਦੇ ਆਂ ਐਡਾਂ ਲਵਾਨੇ ਆਂ ਤਾਂ ਕਿ ਸਾਡਾ ਜਿਹੜਾ ਚੈਨਲ ਆ ਉਹ ਚੱਲ ਪਵੇ ਜਾਂ ਸਾਡਾ ਇੰਸਟਾਗ੍ਰam ਦਾ ਅਕਾਊਂਟ ਹੈ ਚੱਲ ਪਵੇ ਪਰ ਜੇ ਉਹ ਚੀਜ਼ ਨਹੀਂ ਚੱਲਦੀ ਅਸੀਂ ਕੋਪਪਪ ਨਹੀਂ ਕਰ ਸਕਦੇ ਆਪਾਂ ਕਿੰਨੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋ ਫੇਸਬੁੱਕ ਆ ਸਨੈਪਚੈਟ ਆ ਇੰਸਟਾਗ੍ਰਾਮ ਆ ਹੋਰ ਲੱਲੇਪੋਬੀ ਬਥੇਰੇ ਆ ਨਾ ਉਹਨਾਂ ਤੇ ਅਸੀਂ ਨਹੀਂ ਰਹਿੰਦੇ ਸਾਨੂੰ ਇਦਾਂ ਲੱਗਦਾ ਕਿ ਅਸੀਂ ਯਰ ਪਿੱਛੇ ਰਹਿ ਰਹੇ ਹਾਂ ਦੁਨੀਆ ਤਾਂ ਦੁਨੀਆ ਸਾਡੇ ਤੋਂ ਅੱਗੇ ਨਿਕਲੀ ਜਾ ਰਹੀ ਆ ਸੋ ਉਹ ਵੀ ਇੱਕ ਟੈਨਸ਼ਨ ਕ੍ਰੀਏਟ ਹੋ ਜਾਂਦੀ ਹੈ ਮਾਈਂਡ ਦੇ ਵਿੱਚ ਸੋ ਇਸ ਵੇਲੇ ਜਿਹੜੀ ਲਾਈਫ ਆ ਨਾ ਉਹਦੇ ਵਿੱਚ ਬਹੁਤ ਕੁਝ ਹੈਪਨ ਹੋ ਰਿਹਾ ਬਹੁਤ ਘੱਟ ਉਮਰ ਦੀ ਜਿਹੜੀਆਂ ਨਿਆਣੀਆਂ ਸਪੈਸ਼ਲੀ ਉਹਨਾਂ ਦੇ ਵਿੱਚ ਚੱਕਰ ਕੀ ਆ ਉਹਨਾਂ ਦਾ ਜਿਹੜਾ ਡਿਫੈਂਸ ਮੈਕੈਨਿਜ਼ਮ ਹੈ ਉਹ ਤਿਆਰ ਨਹੀਂ ਹੋਇਆ ਉਹਨਾਂ ਨੇ ਕਦੀ ਉਸ ਚੀਜ਼ ਤੇ ਕੰਮ ਨਹੀਂ ਕੀਤਾ ਹਨਾ ਇੱਕ ਹੋਰ ਗੱਲ ਹੈ ਕਿ ਉਹ ਬੜੇ ਕਈ ਪਰਿਵਾਰਾਂ ਤੋਂ ਬੜੇ ਸਮਰਿੱਧ ਪਰਿਵਾਰਾਂ ਤੋਂ ਆਇਆ ਬੜੇ ਵਧੀਆ ਪਰਿਵਾਰਾਂ ਤੋਂ ਆਇਆ ਤੇ ਉਹਨਾਂ ਪਰਿਵਾਰਾਂ ਨੇ ਕਦੀ ਆਪਣੇ ਨਿਆਣਿਆਂ ਨੂੰ ਟੈਨਸ਼ਨ ਨਹੀਂ ਦਿੱਤੀ ਹੈਗੀ ਉਹਨਾਂ ਨੂੰ ਟੈਨਸ਼ਨ ਨਾਲ ਲੜਨ ਦੇ ਕਾਬਿਲ ਨਹੀਂ ਬਣਾਇਆ ਹੈਗਾ ਠੀਕ ਹੈ ਸੋ ਇਸ ਕਰਕੇ ਉਹਨਾਂ ਦਾ ਕਦੀ ਜਿਹੜਾ ਡਿਫੈਂਸਿਵ ਮੈਕੈਨਿਜ਼ਮ ਆ ਕੋਈ ਤਿਆਰੀ ਨਹੀਂ ਹੋਇਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜੇ ਪ੍ਰੋਬਲਮ ਆndi ਉਹਨੂੰ ਕਿੱਦਾਂ ਫੇਸ ਕਰਨਾ ਕਿੱਦਾਂ ਡੋਜ ਕਰਨਾ ਆ ਤੇ ਕਿੱਦਾਂ ਇਹਨੂੰ ਸੌਲਟ ਆਊਟ ਕਰਨਾ ਆ ਠੀਕ ਆ ਸੋ ਇਹ ਚੀਜ਼ ਇਹ ਚੀਜ਼ ਹੋ ਰਹੀ ਆ ਤੇ ਆਪਾਂ ਨਹੀਂ ਕੰਮ ਕੀਤਾ ਪਹਿਲਾਂ ਆਪਣੀ ਡਿਫੈਂਸ ਮੈਕੈਨਿਜ਼ਮ ਤੇ ਤੇ ਆਪਣੀ ਨੌਲੇਜ ਤੇ ਨਹੀਂ ਕੰਮ ਕੀਤਾ ਜਿਮ ਦੇ ਵਿੱਚ ਜੋ ਸਾਨੂੰ ਨੌਲੇਜ ਹੋਣੀ ਚਾਹੀਦੀ ਆਪਣੇ ਸਰੀਰ ਬਾਰੇ ਅਸੀਂ ਉਹਦੇ ਤੇ ਨਹੀਂ ਕੰਮ ਕੀਤਾ ਹੈਗਾ ਅਸੀਂ ਲੋਕਾਂ ਦੇ ਗੋਲਸ ਨੂੰ ਆਪਣਾ ਗੋਲ ਬਣਾ ਲਿਆ ਅਸੀਂ ਉੱਥੇ ਗਲਤੀ ਕਰ ਲਈ ਆ ਆਂਦਿਆਂ ਨੇ ਅਸੀਂ ਲੋਨ ਲੈ ਲਿਆ ਆਪਣੇ ਸਿਰ ਤੇ ਆਪੇ ਹੀ ਕਰਜ਼ਾਈ ਹੋ ਗਏ ਆ ਅਸੀਂ ਉਹ ਗਲਤੀ ਕਰ ਲਈ ਆ ਠੀਕ ਆ ਅਸੀਂ ਫੂਡ ਗਲਤ ਖਾ ਰਹੇ ਆ ਉਹ ਵੀ ਗਲਤੀ ਹੈਗੀ ਆ ਠੀਕ ਆ ਤੇ ਜੇ ਨਸ਼ਾ ਕਰਦੇ ਪਏ ਆ ਕੁਝ ਵੀ ਚਲੋ ਤਾਂ ਪ੍ਰੋਬਲਮ ਆਣੀ ਆਣੀ ਆ ਹਨਾ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਹੈਗੀ ਹੈ ਟੀਕੇ ਦੀ ਜਿਹੜਾ ਕਿ ਕੋਵਿਡ 19 ਤੋਂ ਬਚਣ ਦੇ ਲਈ ਇੱਕ ਟੀਕਾ ਬਣਾਇਆ ਗਿਆ ਸੀਗਾ ਹਨਾ ਸੋ ਉਹਦੇ ਤੇ ਵੀ ਕਾਫੀ ਗੱਲਾਂ ਨਿਕਲ ਕੇ ਆ ਰਹੀਆਂ ਕਿ ਇਸ ਚੀਜ਼ ਦੇ ਨਾਲ ਵੀ ਪ੍ਰੋਬਲਮ ਹੋ ਰਹੀ ਕਿਉਂਕਿ ਨਾਰਮਲੀ ਕੀ ਹੁੰਦਾ ਵੈਕਸੀਨ ਜਦੋਂ ਤਿਆਰ ਹੁੰਦੀ ਹੈ ਨਾ ਸਾਲ ਡੇਢ ਸਾਲ ਦਾ ਸ਼ਾਇਦ ਆਈ ਥਿੰਕ ਟਾਈਮ ਹੁੰਦਾ ਕਿ ਉਹਨੂੰ ਦੇਖਿਆ ਜਾਵੇ ਵੀ ਇਹਦੇ ਕਿੱਦਾਂ ਇਹ ਕਿੱਦਾਂ ਰਿਐਕਟ ਕਰਦੀ ਆ ਕਿਸੇ ਦੀ ਬਾਡੀ ਤੇ ਹਨਾ ਪਰ ਉਸ ਵੇਲੇ ਇੰਦਾ ਦੀ ਭਗੜੜ ਮਚੀ ਹੋ ਸੀਗੀ ਕਿ ਜਦੋਂ ਬਣੀ ਤੇ ਨਾਲ ਲੱਗਦੀ ਬਹੁਤ ਛੇਤੀ ਮਾਰਕੀਟ ਦੇ ਵਿੱਚ ਉਤਾਰ ਦਿੱਤੀ ਗਈ ਹਨਾ ਹਰੇ ਕਿਸੇ ਦੀ ਬਾਡੀ ਨੇ ਤਾਂ ਉਹਦੇ ਨਾਲ ਸਹੀ ਰਿਐਕਟ ਕੀਤਾ ਪਰ ਕਈਆਂ ਦੀ ਬਾਡੀ ਨੇ ਉਹਤੇ ਸਹੀ ਰਿਐਕਟ ਨਹੀਂ ਕੀਤਾ ਹੈਗਾ ਸੋ ਉਹ ਵੀ ਕਹਿੰਦੇ ਆ ਕਿ ਇੱਕ ਪ੍ਰੋਬਲਮ ਆ ਰਹੀ ਆ ਉਸ ਚੀਜ਼ ਦੇ ਕਰਕੇ ਸੋ ਹੁਣ ਦੇਖੋ ਤੁਸੀਂ ਆਪ ਦੇਖੋ ਵੀ ਕਿੰਨੀਆਂ ਚੀਜ਼ਾਂ ਇਕੱਠੀਆਂ ਹੋ ਰਹੀਆਂ ਕਈ ਵਾਰੀ ਇਦਾਂ ਦੀਆਂ ਗੱਲਾਂ ਹੁੰਦੀਆਂ ਕਿ ਅਸੀਂ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰਦੇ ਹੈਗੇ ਸੋ ਇਹ ਤੋਂ ਬਚਣ ਦਾ ਪਹਿਲੀ ਗੱਲ ਤਾਂ ਜਦੋਂ ਯਾਰ ਤੁਸੀਂ ਤੁਸੀਂ ਗਰੁੱਪਾਂ ਦੇ ਵਿੱਚ ਰਹਿੰਦੇ ਆ ਯਾਰ ਦੋਸਤੋ ਵਧੀਆ ਬਣਾਇਓ ਹਨਾ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਗੱਲ ਚੱਲਦੀ ਆ ਨਾ ਉਹਨੂੰ ਸ਼ੇਅਰ ਜ਼ਰੂਰ ਕਰੋ ਉਹਨੂੰ ਆਪਣੇ ਜੇ ਤੁਸੀਂ ਚਲੋ ਇਹ ਸੋਚਦੇ ਹੋ ਕਿ ਘਰਦਿਆਂ ਨਾਲ ਨਹੀਂ ਸ਼ੇਅਰ ਕਰਨੀ ਪੇ ਚਲੋ ਉਹ ਦੁਖੀ ਹੋਗੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਜੇ ਤੁਹਾਡੇ ਦੋਸਤ ਨਹੀਂ ਸੁਣਦੇ ਨਾ ਮੈਨੂੰ ਮੈਸੇਜ ਕਰ ਦਿਆ ਕਰੋ ਇੰਸਟਾਗ੍ਰam ਤੇ ਜਾਂ ਕਿਤੇ ਵੀ ਨਾ ਥੱਲੇ ਕਮੈਂਟ ਕਰ ਦਿਆ ਕਰੋ ਮੈਂ ਟਰੱਕ ਚਲਾਉਣਾ 10 ਘੰਟੇ ਬਿੱਲਾ ਹੁਣਾ ਤੁਸੀਂ ਜਿਹੜੀਆਂ ਟੈਨਸ਼ਨ ਆ ਨਾ ਮੈਨੂੰ ਸੁਣਾ ਦਿਆ ਕਰੋ ਮੈਂ ਸੁਣ ਲਿਆ ਕਰੂੰਗਾ ਠੀਕ ਹੈ ਲਿਟਰਲੀ ਮੈਂ ਮਜ਼ਾਕ ਨਹੀਂ ਕਰਦਾ ਦੱਸਿਆ ਕਰੋ ਤੇ ਜੇ ਕਿਸੇ ਦੇ ਮੇ ਕੰਮ ਆ ਸਕਦਾ ਨਾ ਤੇ ਬੜੀ ਖੁਸ਼ੀ ਹੋਗੀ ਆਪਣੀ ਸਟ੍ਰੈਸ ਘਟਾਓ ਟੈਨਸ਼ਨ ਘਟਾਓ ਜੇ ਤੁਹਾਨੂੰ ਸੀਰੀਅਸਲੀ ਕੋਈ ਟੈਨਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਨਾਲ ਸ਼ੇਅਰ ਜ਼ਰੂਰ ਕਰੋ ਪੈਸਿਆਂ ਦੀ ਹੈਲਪ ਕੋਈ ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਹੋਰ ਤਰੀਕੇ ਨਾਲ ਮੈਂਟਲੀ ਜੇ ਤੁਹਾਡੀ ਕੋਈ ਹੈਲਪ ਕਰ ਦੇਵੇ ਨਾ ਉਹ ਪੈਸਿਆਂ ਨਾਲੋਂ ਵੀ ਜ਼ਿਆਦਾ ਹੈਲਪ ਹੋ ਜਾਂਦੀ ਵੈਲਿਊ ਕਰਾਂਦੀ ਆ ਹਨਾ ਤੇ ਜੇ ਇਹ 에ਪੀਸੋਡ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਾਕੀਆਂ ਦੇ ਨਾਲ ਜਿਹਨਾਂ ਨੂੰ ਲੱਗਦਾ ਕਿ ਕੋਈ ਏਦਾਂ ਦਾ ਪ੍ਰੋਗਰਾਮ ਸੁਣਨਾ ਚਾਹੁੰਦਾ ਤੇ ਉਹਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗੀ ਵੀਡੀਓ ਤੇ ਹੋਰ ਤੁਸੀਂ ਕਿਹੜੇ ਟੌਪਿਕ ਤੇ ਚੀਜ਼ਾਂ ਸੁਣਨੀਆਂ ਚਾਹੁੰਦੇ ਆ ਹਨਾ ਤੇ ਮਿਲਦੇ ਹਾਂ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਖੇਰਾਬ ਰੱਖਾ ਧੰਨਵਾਦ